ਕਈ ਪਾਸੇ ਨੂੰ ਦਿਮਾਗ ਘੁੰਮਦਾ ਵੀ ਸਭ ਤੋਂ ਵੱਡਾ ਕਰੋਨਾ ਹੀ ਹੋ ਗਿਆ ਹੁਣ। ਜਿੱਥੇ ਦੇਖੋ ਦਿਨ 'ਚ ਨੂੰ ਮੈਂ ਕਹਿੰਦਾ ਬੰਦਾ ਨਹੀਂ ਰੱਬ ਦਾ ਨਾਂ ਲੈਂਦਾ ਹੁੰਦਾ ਸੀ, ਨਹੀਂ ਹੁਣ ਦਿਨ 'ਚ ਨੂੰ 100-150 ਵਾਰੀ ਕਰੋਨਾ ਦਾ ਮੂੰਹ 'ਤੇ ਕਹੇ ਲੈਂਦਾ ਹੁਣ, ਕਰੋਨਾ 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 10-20 ਵਾਰ ਤਾਂ ਕਹੇ ਲਿਆ। ਮੈਂ ਤਾਂ ਕਹਿੰਦਾ ਵੀ ਕਰੋਨਾ ਹੁਣ ਸਭ ਤੋਂ ਵੱਡਾ ਹੋ ਗਿਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਘਰ 'ਚ ਕਿਆ ਕਰੀਏ, ਕਿਆ ਕਰਨਾ ਕਰਨ ਵੀ ਹੁਣ ਆਪਾਂ ਨੇ ਬੈਟ ਬੋਲ ਖੇਡਣਾ। ਨਹੀਂ ਦੇਖ ਪਹਿਲਾਂ ਬੈਟਸਮੈਨ ਮੈਂ, ਗੱਲ ਸੁਣ ਮੇਰੀ ਗੱਲ ਸੁਣ, ਬੈਟਸਮੈਨ ਮੈਂ, ਬੋਲਰ ਤੂੰ, ਤੂੰ ਬੈਟਸਮੈਨ। ਜੇ ਤੂੰ ਆਊਟ ਹੋ ਗਿਆ ਫਿਰ ਮੇਰੀ ਵਾਰੀ ਆਊਗੀ ਪੱਕਾ। ਕਿੱਥੇ ਆਊਟ ਕਰਨਾ, ਪਿੱਛੇ ਵਿਕਟ ਮਾਰਨ, ਕਿਹੜੀ ਕਿਹੜੀ ਵਿਕਟ ਆ ਦੱਸ ਦੇ ਮੈਨੂੰ। ਬਸ ਠੀਕ ਹੈ, ਦੇਖਦਾ ਫਿਰ ਹੁਣ ਜਦ ਤੂੰ ਆਊਟ ਹੋ ਗਿਆ ਜੇ। ਘੀਆ ਕੱਦੂ ਟਿੰਡੇ ਪਤਾ ਨਹੀਂ ਕਿਹੜੇ ਕਿਹੜੇ ਹੁਣ ਇਹ ਨਿਕਲ ਰਹੇ ਆ। ਆਹ ਤਾਂ ਮੈਨੂੰ ਟਿੰਡੇ ਦੇ ਲੱਗਦੇ, ਜਿੱਦਾਂ ਟਿੰਡੇ ਦਾ ਪੱਤਾ ਨਹੀਂ ਹੁੰਦਾ ਹੈਗਾ, ਹੁਣ ਵਿੱਚ ਮਿਕਸ ਆ ਇਹ, ਇੱਕ ਪਾਸੇ ਨਿਕਲ ਵੀ ਰਿਹਾ ਵਿੱਚ, ਤੇ ਹੁਣ ਇਹ ਨਹੀਂ ਸਮਝ ਲੱਗ ਰਹੀ ਵੀ ਇਹ ਕਾਹਦੇ ਕਾਹਦੇ ਆ। ਵਿੱਚ ਖਰਬੂਜੇ ਆ, ਵਿੱਚ ਖੀਰੇ ਆ, ਮਿਕਸ ਲੱਗੇ ਹੋਏ ਸਾਰੇ ਇਹ, ਦੇਖਦੇ ਹਾਂ। ਅਤੇ ਇਹਨਾਂ ਨੂੰ ਲਾਈਏ ਪਾਣੀ ਥੋੜ੍ਹਾ ਥੋੜ੍ਹਾ, ਵੀ ਪਾਣੀ ਇੱਕ ਦਿਨ ਛੱਡ ਕੇ ਦੂਜੇ ਦਿਨ ਤੋਂ ਪਾਣੀ ਬਹੁਤ ਮੰਗਦੇ ਆ ਇਹ। ਉੱਧਰ ਵੀ ਤੁਹਾਨੂੰ ਦਿਖਾਉਂਦਾ ਦੂਜੇ ਪਾਸੇ, ਅੱਛਾ ਬੱਚਾ ਵੀ ਸਾਫ਼, ਇਹਨੂੰ ਵੀ ਭਰਨਾ ਹੁਣ, ਦੁਬਾਰੇ ਪਾਣੀ ਲਾਉਂਦੇ ਹਾਂ। ਇੱਧਰ ਤੁਹਾਨੂੰ ਦਿਖਾਉਂਦਾ ਮੈਂ, ਆਹ ਦੇਖੋ ਇੱਧਰ ਆ ਹੈਗੀ ਸ਼ਿਮਲਾ ਮਿਰਚ, ਸ਼ਿਮਲਾ ਮਿਰਚ ਲੱਗ ਵੀ ਗਈ ਆ ਦੇਖੋ। ਫੋਕਸ ਕਰਦਾ ਇਹਦੇ ਪਰ, ਫੋਕਸ ਨਹੀਂ ਚੱਕ ਰਿਹਾ ਹੈਗਾ, ਚੱਕੋ ਫੋਕਸ, ਹਾਂ ਹੁਣ ਚੱਕਿਆ। ਆਹ ਦੇਖੋ ਸ਼ਿਮਲਾ ਮਿਰਚ ਲੱਗਣੀਆਂ ਸ਼ੁਰੂ ਹੋ ਗਈਆਂ। ਅਤੇ ਇਸ ਤੋਂ ਪਰਲੇ ਪਾਸੇ ਹਰੀ ਮਿਰਚ, ਫਿਰ ਉਹ ਥੋੜ੍ਹੇ ਬੈਂਗਣ ਦੇ ਟਮਾਟਰ ਵਿੱਚ ਸੁੱਕ ਲਿਟਸ, ਟਮਾਟਰ ਨਹੀਂ ਹੋਏ ਹੈਗੇ। ਅਤੇ ਇਹਨੂੰ ਪਾਣੀ ਦੀ ਵੈਸੇ ਤਾਂ ਗਿੱਲ ਬਥੇਰੀ, ਇੱਧਰ ਪਾਣੀ ਦੀ ਲੋੜ ਨਹੀਂ ਹੈ, ਅੱਜ ਦਾ ਦਿਨ ਨਿਕਲ ਜੂਗਾ। ਇਹਨਾਂ ਦਾ ਬੜਾ ਡਰ ਲੱਗਦਾ, ਜਿਹੜਾ ਕੁੱਤੇ ਪੱਟ ਜਾਂਦੇ ਆ ਨਾ ਜਗ੍ਹਾ, ਠੰਡੀ ਜਗ੍ਹਾ ਕਰਕੇ ਬੈਠਦੇ ਆ, ਤਾਂ ਸੁਣੇ ਤਾਂ ਕਿਆ ਹਿੱਲਾ ਕਰੀਏ ਇੱਥੇ। ਇਸ ਤੋਂ ਬਾਅਦ ਮੇਰੇ ਆ ਜਾਂਦੇ ਇੱਧਰ ਆਹ ਭਿੰਡੀਆਂ, ਭਿੰਡੀਆਂ ਦਾ ਵੀ ਠੀਕ ਹੈ। ਅਤੇ ਪਾਣੀ ਉਹ ਸੜ ਵੀ ਕੀ ਆ, ਕੱਦੂ ਦੇ ਬੇਲਾਂ ਲਾਈ ਹੋਈ ਪਰਲੇ ਪਾਸੇ, ਉਹਨੂੰ ਥੋੜ੍ਹਾ ਥੋੜ੍ਹਾ ਪਾਣੀ ਬਾਲਟੀ ਨਾਲ ਦੇ ਦਿੰਦੇ ਆ। ਜਿੱਧਰ ਆਪਾਂ ਪੋਲਰ ਦੀਆਂ ਛੱਟੀਆਂ, ਇਹਨਾਂ ਦੀ ਬਾਲਟੀ ਅੱਧੇ ਦੀ ਬਾਲਟੀ ਪਾਣੀ ਦੀ ਪਾਉਂਦਾ ਇਹਦੇ ਵਿੱਚ ਵੀ, ਸਾਹਮਣੇ ਜਿਹੜੀਆਂ ਪੋਲਰ ਦੀਆਂ ਛੱਟੀਆਂ ਲਾਈ ਜਾਂਦੀਆਂ, ਤੁਹਾਨੂੰ ਦਿਖਾਉਂਦਾ ਇੱਧਰ ਮੈਂ ਵੀ। ਇਹਨਾਂ ਸੁੱਕੇ ਖੜੇ ਵਿੱਚ, ਤਾਂ ਇਹਨਾਂ ਦੇ ਜੜ੍ਹਾਂ 'ਚ ਥੋੜ੍ਹਾ ਥੋੜ੍ਹਾ ਪਾਣੀ ਪਾਵਾਂ ਸਾਰੀਆਂ 'ਚ। ਜਿਹੜਾ ਹਰਾ ਹਰਾ ਕਾਣ ਹੈ, ਇਹਨੂੰ ਰੋਜ਼ ਪਾਣੀ ਛਿੜਕਾਓ ਕਰਨਾ ਪੈਂਦਾ, ਜਿੱਦਾਂ ਹੁਣ ਮੋਟਰ ਦੱਬ ਕੇ ਨਾ ਮੈਂ ਪਾਣੀ ਲਾਇਆ ਇਹਨੂੰ, ਮੈਂ ਤਾਂ ਰੋਜ਼ ਉੱਪਰ 'ਤੇ ਪਾਣੀ ਛਿੜਕਣਾ ਪੈਂਦਾ, ਐਨ ਇਹ ਗ੍ਰੀਨ ਜਿਹਾ ਰਹਿੰਦਾ।
ਕਹਿੰਦੇ ਜੀਵਨ ਹੀ ਪਾਣੀ ਹੈ। ਇੱਧਰ ਹੀ ਪਾਣੀ ਲਾਤਾ, ਤੋਂ ਛੱਟੇ ਵੀ ਸਾਰੀਆਂ ਤੁਸੀਂ ਦੇਖ ਲਏ ਭਰਤੀਆਂ। ਮੈਂ ਗੱਲ ਸੋਚਦਾ, ਮੈਂ ਬਾਹਰ ਵਾਲੇ ਤਾਂ ਐਂ ਸੋਚਦੇ ਹੋਣੇ ਆ ਜੇ ਇੰਡੀਆ ਹੁੰਦੇ ਤਾਂ ਖੇਤਾਂ 'ਚ ਇੱਦਾਂ ਕੰਮ ਕਰਦੇ, ਲਾਕਡਾਊਨ ਤੋਂ ਤਾਂ ਬਚ ਜਾਂਦੇ। ਚਲੋ ਕਰਮ ਆਪਣੇ ਆਪਣੇ, ਜਿੱਦਾਂ ਦਾ ਬੀਜਾਂਗਾ ਕਹਿੰਦਾ ਉੱਦਾਂ ਦਾ ਹਟਾਊਂਗਾ। ਇਹਦੇ ਵਿੱਚ ਕਰਮ ਨਹੀਂ ਹੈਗੇ ਤਾਂ ਕਿਆ ਕਹਿੰਦੇ, ਕਰੋਨਾ ਵਾਇਰਸ ਕਰਕੇ ਹੋਇਆ। ਇਹ ਗੱਲ ਮੈਂ ਹੋਰ ਵੀ ਸੋਚਦਾ ਵੀ ਦੇਖੋ ਹੁਣ ਦੇ ਟਾਈਮ ਦੇ ਵਿੱਚ ਕਰੋਨਾ ਵਾਇਰਸ ਸਭ ਤੋਂ ਉੱਪਰ ਹੋ ਗਿਆ, ਸਭ ਚੀਜ਼ਾਂ ਥੱਲੇ ਹੈ, ਅਤੇ ਪੈਸੇ ਵੀ ਕਿਹਾ, ਸ਼ੋਹਰਤ ਵੀ ਕਿਹਾ, ਸਭ ਚੀਜ਼ਾਂ ਥੱਲੇ। ਈਵਨ ਕਿ ਮੈਂ ਸੋਚਦਾ ਰੱਬ ਵੀ ਇਹ ਤੋਂ ਥੱਲੇ ਹੀ ਹੈ ਮੇਰੇ ਹਿਸਾਬ ਨਾਲ, ਰੱਬ ਦੀ ਵੀ ਨਹੀਂ ਮੈਂ ਕਹਿੰਦਾ ਕੋਈ ਪੇਜ ਚੱਲਦੀ ਹੈਗੀ। ਉਹ ਵੀ ਮੈਨੂੰ ਲੱਗਦਾ ਵੀ ਕੱਪੜਾ ਬੰਨੀ ਮੂੰਹ ਪਰ ਘੁੰਮ ਰਿਹਾ ਵੀ ਉਹਨੂੰ ਦਿਖ ਨਹੀਂ ਰਹੀ ਇੰਨੀ ਦੁਨੀਆ ਮਰ ਰਹੀ ਹੈ, ਕੋਈ ਕਰ ਕੋਈ ਹਿੱਲਾ, ਕੋਈ ਕਰ ਕੋਈ ਕਿਰਪਾ ਇੱਦਾਂ ਦੀ। ਸਭ ਮੈਂ ਕਹਿੰਦਾ ਉੱਪਰ ਹੋ ਗਏ ਕਰੋਨਾ ਤੋਂ, ਸਭ ਘਰਾਂ 'ਚ ਬੜੇ ਬੈਠੇ ਆ, ਸਭ ਥੱਲੇ ਆ ਇਸ ਟਾਈਮ, ਕੋਈ ਕੁਛ ਨਹੀਂ ਹੈ, ਸਭ ਨੂੰ ਆਪਣੀ ਆਪਣੀ ਪਈ ਹੋਈ ਹੈ। ਰੱਬ ਹੀ ਕਿਤੇ ਲੁੱਕ ਕੇ ਬੈਠਾ ਮੈਂ ਕਹਿੰਦਾ, ਪਤਾ ਨਹੀਂ ਲੋਕਾਂ ਨੂੰ ਦਿਖਾਏ ਰਿਹਾ ਵੀ ਇੱਦਾਂ ਵੀ ਸਮਾਂ ਆ ਸਕਦਾ। ਜਿਹੜੇ ਲੋਕ ਹੁਣ ਜ਼ਿਆਦਾ ਉੱਪਰ ਉੱਪਰ ਉੱਠਦੇ ਫਿਰਦੇ ਸੀ ਨਾ, ਕਹਿੰਦੇ ਭੁੱਲ ਗਏ, ਅਤੇ ਕਹਿੰਦੇ ਸ਼ਾਇਦ ਰੱਬ ਨੇ ਰੱਬੇ ਯਾਦ ਕਰਵਾਇਆ ਮੇਰਾ ਨੌ ਜਪ ਲੈਣਾ ਅੰਦਰ ਵੜ ਕੇ। ਕਈ ਪਾਸੇ ਨੂੰ ਦਿਮਾਗ ਘੁੰਮਦਾ ਕਿ ਸਭ ਤੋਂ ਵੱਡਾ ਕਰੋਨਾ ਹੀ ਹੋ ਗਿਆ ਹੁਣ, ਜਿੱਥੇ ਦੇਖੋ ਦਿਨ 'ਚ ਨੂੰ ਮੈਂ ਕਹਿੰਦਾ ਬੰਦਾ ਨਹੀਂ ਰੱਬ ਦਾ ਨਾਂ ਲੈਂਦਾ ਹੁੰਦਾ ਸੀ, ਨਹੀਂ ਹੁਣ ਦਿਨ 'ਚ ਨੂੰ 100-150 ਵਾਰੀ ਕਰੋਨਾ ਦਾ ਮੂੰਹ ਤਾਂ ਕਹਿ ਲੈਂਦਾ ਨਾ, ਕਰੋਨਾ 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 10-20 ਵਾਰ ਤਾਂ ਕਹਿ ਲਿਆ। ਹੁਣ ਮੈਂ ਤਾਂ ਕਹਿੰਦਾ ਵੀ ਕਰੋਨਾ ਹੁਣ ਸਭ ਤੋਂ ਵੱਡਾ ਹੋ ਗਿਆ। ਜਦ ਜਿੱਥੇ ਦੇਖੋ ਉੱਥੇ ਕਰੋਨੇ ਦੀ ਗੱਲਾਂ, ਟੀ ਵੀ ਲਾ ਲਓ ਟੀ ਵੀ 'ਚ ਕਰੋਨੇ ਦੀ ਗੱਲਾਂ, ਐਡ ਆਉਂਦੀ ਐਡਾਂ 'ਚ ਕਰੋਨੇ ਦੀ ਗੱਲਾਂ, ਈਵਨ ਕਿ ਕਿਸੇ ਨੂੰ ਟੈਲੀਫੋਨ ਲਾਓ ਇਹ ਪਤਾ ਨਹੀਂ ਉਹ ਤੋਂ ਬਚੋ ਕਰੋਨੇ ਤੋਂ, ਐਂ ਫਲਾਣਾ ਧਮਕਾਣਾ, ਕਰੋਨਾ 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 ਸਭ ਤੋਂ ਵੱਡਾ ਹੋ ਗਿਆ ਕਰੋਨਾ, ਬਾਕੀ ਹੋ ਗਿਆ ਸਭ ਤੋਂ ਥੱਲੇ। ਲਓ ਜੀ ਕੰਮ ਨਿਪੜਿਆ, ਰੱਖੀਏ ਅਤੇ ਲਾਈਏ ਲੋਕ ਅਤੇ ਚੱਲੀਏ ਘਰ ਨੂੰ। ਓਹੋ ਪੈਪ ਰਹਿ ਕੇ ਬਾਹਰ, ਪੈਪ ਵੀ ਇਕੱਠਾ ਕਰਕੇ ਰੱਖ ਦੀ ਅੰਦਰ। ਇੱਕ ਹੋਰ ਮੈਂ ਨਾ ਇੱਕ ਅੱਜ ਇੱਕ ਐਡ ਦੇਖੀ ਸਵੇਰੇ ਵੀ ਉਹਦੇ ਵਿੱਚ ਦਿਖਾ ਰਹੇ ਅਤੇ ਡਾਕਟਰ 'ਤੇ ਕੁਛ ਕੁਐਸਚਨ ਕਰ ਦਿੱਤੇ, ਉਹਨੇ ਕਿਹਾ ਮੂੰਹ ਪਰ ਮਾਸਕ ਲੈਣਾ ਜ਼ਰੂਰੀ ਨਹੀਂ ਹੈ। ਜਾਂ ਪਰਸੋਂ ਚੌਥੇ ਇੱਕ ਸਿੱਧੂ ਦਾ ਵੀ ਇੰਟਰਵਿਊ ਚੱਲਦੀ ਸੀ, ਉਹਦੇ ਵਿੱਚ ਸਿੱਧੂ ਵੀ ਸਮਝਾ ਰਿਹਾ ਤਾ, ਇਸ ਕਰਕੇ ਇਹ ਵਹਿਮ ਕੱਢ ਦਿਓ, ਜਿਹੜਾ ਬਿਮਾਰ ਹੈ ਉਹੀ ਮਾਸਕ ਪਾਵੇ, ਔਰ ਜਿਹੜਾ ਬਿਮਾਰ ਨਹੀਂ ਹੈ ਮਹਿਫੂਜ਼ ਹੈ, ਜਾਂ ਇਲਾਜ ਕਰਨ ਵਾਲਾ ਜਿਹੜਾ ਮਹਿਫੂਜ਼ ਹੈ ਜਿਹਨੂੰ ਕੋਈ ਬਿਮਾਰੀ ਨਹੀਂ ਕੋਈ ਖੰਘ ਨਹੀਂ, ਉਹਨੂੰ ਮਾਸਕ ਪਾਉਣ ਦੀ ਕੋਈ ਲੋੜ ਨਹੀਂ, ਔਰ ਮਾਸਕ ਜ਼ਰੂਰਤਮੰਦ ਬੰਦਿਆਂ ਤੱਕ ਪਹੁੰਚੇ। ਵੀ ਮੂੰਹ ਪਰ ਮਾਸਕ ਲੈਣ ਦੀ ਲੋੜ ਨਹੀਂ ਹੈ, ਵੀ ਇਹ ਫੈਲਦਾ ਉਦੋਂ ਆ ਜਦੋਂ ਕੋਈ ਬੰਦਾ ਛਿੱਕ ਮਾਰਦਾ, ਜਾਂ ਕੋਈ ਬੰਦਾ ਖੰਘਦਾ, ਜਾਂ ਆਪਾਂ ਕਿਸੇ ਜਗ੍ਹਾ ਨੂੰ ਟੱਚ ਕਰਕੇ ਆਪਣੇ ਮੂੰਹ ਨੂੰ ਲਾਉਂਦੇ, ਉੱਥੋਂ ਆਪਣੇ ਅੰਦਰ ਵਾਇਰਸ ਜਾਂਦਾ ਹੈ। ਇੱਦਾਂ ਮੂੰਹ ਕਵਰ ਕਰਨ ਨਾਲ ਫਿਰ ਮੈਂ ਤਾਂ ਫਿਰ ਇਹ ਸੋਚਦਾ ਸੀ, ਮੈਂ ਕਿਹਾ ਵੀ ਦੇਖੋ ਹੁਣ ਇੰਨੀ ਸ਼ੁੱਧ ਹਵਾ ਬੜੇ ਟਾਈਮ ਬਾਅਦ ਆਈ ਹੈ, ਵੀ ਇਹਨੂੰ ਆਪਣੇ ਅੰਦਰ ਲੈ ਲਈਏ। ਇੱਕ WHO ਦੀ ਵੈਬਸਾਈਟ ਹੈ, ਉਹਦੇ ਪਰ ਤੁਸੀਂ ਜਾ ਕੇ ਉਹ ਸਾਈਟ ਖੋਲ੍ਹ ਲੈਣੀ, ਸਰਚ ਕਰ ਲਿਓ ਤੁਸੀਂ ਵਰਲਡ ਹੈਲਥ ਵਾਲਿਆਂ ਦੀ, ਉਹਦੇ ਪਰ ਜਾ ਕੇ ਤੁਸੀਂ ਕੁਐਸਚਨ ਕਰਨਾ, ਰਜਿਸਟਰ ਹੋ ਕੇ ਜਿੱਦਾਂ ਕੁਐਸਚਨ ਕਰਨਾ ਵੀ ਸਾਨੂੰ ਮਾਸਕ ਲੈਣਾ ਚਿਹਰੇ ਪਰ, ਉਹਦੇ ਨਾਲ ਦੀ ਨਾਲ ਰਿਪਲਾਈ ਆ ਜਾਂਦਾ ਉਹ ਵੈਬਸਾਈਟ ਪਰ ਜਾ ਕੇ। ਮੈਂ ਨਹੀਂ ਕਹਿੰਦਾ ਉਹਨਾਂ ਦੀ ਜਿਹੜੀ ਆਪਣੀ ਵਰਲਡ ਦੀ ਹੈਲਥ ਵਾਲਿਆਂ ਦੀ ਸਾਈਟ ਆ ਉਹਦੇ ਪਰ ਜਾ ਕੇ ਤੁਸੀਂ ਕੁਐਸਚਨ ਕਰ ਲਿਓ ਇਹ, ਮੈਂ ਨਹੀਂ ਕਹਿੰਦਾ, ਸਿੱਧੂ ਨੇ ਜਿੱਦਾਂ ਦੱਸਿਆ ਉਹ ਤੁਹਾਨੂੰ ਗੱਲ ਦੱਸ ਰਿਹਾ ਮੈਂ। ਲਓ ਯਾਰ ਸ਼ੁੱਧ ਹਵਾ, ਸਵੇਰੇ ਉੱਠ ਕੇ ਥੋੜ੍ਹਾ ਜਿਹਾ ਤੜਕੇ 5 ਵਜੇ ਹੋਰ ਵੀ ਸ਼ੁੱਧ ਹਵਾ ਹੁੰਦੀ ਉਸ ਟਾਈਮ। ਅੱਜ ਲੋਕਡਾਊਨ ਨੂੰ ਤਕਰੀਬਨ 10-11 ਦਿਨ ਹੋ ਗਏ ਆ, ਅਤੇ ਗੱਡੀ ਇੱਦਾਂ ਹੀ ਕਵਰ ਖੜ੍ਹੀ ਭਰ ਕੇ ਖੜ੍ਹਾਈ ਹੋਈ ਆ, ਅਤੇ ਇਹਨੂੰ ਸਟਾਰਟ ਕਰਦੀ ਹੈ ਥੋੜ੍ਹੀ ਜਿਹੀ ਅੱਗੇ ਪਿੱਛੇ ਕਰ ਲਈਏ। ਤੁਹਾਨੂੰ ਵੀ ਕਹੂੰ ਜੇ ਤੁਹਾਡੇ ਕੋਲ ਗੱਡੀਆਂ ਹੈਗੀਆਂ ਥੋੜ੍ਹੇ ਸਟਾਰਟ ਕਰਕੇ ਅੱਗੇ ਪਿੱਛੇ ਕਰ ਲਓ, ਬੈਟਰੀ ਚਾਰਜ ਹੋ ਜੂਗੀ। ਜੇ ਤੁਸੀਂ ਕਿਤੇ ਮਹੀਨੇ ਬਾਅਦ ਕਿਤੇ ਸਟਾਰਟ ਕਰੀ ਉਹਦੀ ਬੈਟਰੀ ਡਾਊਨ ਹੋ ਗਈ, ਕਿਤੇ ਸਟਾਰਟ ਹੀ ਨਾ ਹੋਵੇ, ਫਿਰ ਹਫ਼ਤੇ ਬਾਅਦ ਗੱਡੀ ਨੂੰ ਮਾੜਾ ਜਿਹਾ ਸਟਾਰਟ ਕਰਦੇ ਕਰੋ, 5-10 ਮਿੰਟ ਖੜ੍ਹੀ ਰਹੇ ਸਟਾਰਟ ਹੋ ਕੇ, ਉਹਦੇ ਵਿੱਚ ਵੀ ਤੇਲ ਦਾ ਸਰਕਲ ਬਣਿਆ ਰਹੇ। ਮੈਂ ਵੀ ਤਾਂ ਕਵਰ ਲਾ ਕੇ ਕਰਦੇ ਹਾਂ ਸਟਾਰਟ। ਮੇਰੇ ਨਾ ਘਰ ਦੇ ਬਾਹਰ ਮੁੰਡੇ ਬੈਠੇ ਆ, ਉੱਧਰ ਬੈਠੇ 5-4 ਜਣੇ ਅਤੇ 5-4 ਜਣੇ ਇੱਥੇ ਬੈਠੇ ਆ। ਮੈਂ ਨਾ ਗੱਡੀ ਦੇ ਵਿੱਚ ਨਾ ਫਲਾ ਕੇ ਨਾ ਗੱਡੀ ਦੇ ਵਿੱਚੋਂ ਹੋਰਨ ਵਜਾ ਦਿੰਦਾ, ਜਿਹੜਾ ਪੁਲਿਸ ਵਾਲਾ ਦਾ ਨਹੀਂ ਵੱਜਦਾ ਉਹਨਾਂ ਦਾ ਰੈਕਟ ਦੇ ਦਿਉ, ਭੱਜਦੇ ਵਾਲੇ ਦਾ ਉਹਨੂੰ ਨਹੀਂ, ਅਤੇ ਹੁਣ ਮੈਂ ਇੱਥੇ ਇਹਦੇ ਸੈੱਟ ਕਰ ਦਿੰਦਾ ਪੁਲਿਸ ਵਾਲੇ ਦਾ ਹੋਰਨ, ਯੂਟਿਊਬ 'ਤੇ ਲੱਭਦਾ ਮੈਂ
ਆ ਗਿਆ ਯਾਰ ਉੱਪਰ, ਆਹ ਪਹਿਲੀ ਆ ਹੋਰਨ ਵਜਾ ਦੇਣਾ ਅਤੇ ਦੇਖਦੇ ਕਿੱਧਰ ਕਿੱਧਰ ਨੂੰ ਭੱਜਦੇ ਫਿਰ। ਸਾਰੇ ਉੱਠ ਕੇ ਭੱਜ ਲਏ ਅਤੇ ਪਰ ਮੇਰੇ ਕੈਮਰੇ 'ਚ ਕੈਚ ਨਹੀਂ ਹੋਇਆ, ਉੱਧਰ ਹੋਰਨ ਨਹੀਂ ਵਜਾਉਣਾ ਤਾ ਅਤੇ ਮੋਬਾਈਲ ਵੀ ਸਾਹਮਣਾ ਤਾ, ਕੈਮਰਾ ਵੀ ਸਾਹਮਣਾ ਤਾ, ਮੇਰੇ ਕੈਚ ਨਹੀਂ, ਸਾਰੇ ਉੱਠ ਕੇ ਭੱਜ ਲਏ ਅਤੇ ਹੱਸ ਹੀ ਆਏ ਪੂਰੀ। ਪੂਰੇ 10 ਮਿੰਟ ਹੋ ਗਏ ਅਤੇ ਗੱਡੀ ਕਰਦੀ ਬੰਦ। ਜਿਹੜੀ ਕਰੋਨਾ ਵਾਇਰਸ ਦੀ ਇਹ ਅੱਗ ਲੱਗੀ ਹੋਈ ਆ, ਇਹਨੂੰ ਆਪਾਂ ਨੇ ਬੁਝਾਉਣਾ ਕਿ ਹੋਰ ਅੱਗ ਲਾਉਣੀ ਹੈ, ਸਮਝ ਗਏ ਵੀ ਆਪਾਂ ਨੇ ਅੱਗ ਨੂੰ ਬੁਝਾਉਣਾ, ਹੋਰ ਅੱਗ ਨਹੀਂ ਲਾਉਣੀ ਹੈਗੀ। ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਜਿਹੜੇ ਭਾਈਚਾਰੇ ਵਾਲੇ ਲੋਕ ਇਕੱਠੇ ਹੋਏ ਤੇ ਉੱਥੋਂ ਤੋਂ ਥੋੜ੍ਹੀ ਵੱਧ ਗਈ ਹੈ ਅਤੇ ਉਹਨੂੰ ਹੋਰ ਅੱਗ ਲਾ ਰਹੇ ਆ। ਆਪਾਂ ਨੇ ਜੇ ਅੱਗ ਲੱਗੀ ਇਹਨੂੰ ਬੁਝਾਉਣਾ, ਤੁਸੀਂ ਨਿਊਜ਼ ਵਿੱਚ ਦੇਖੋ ਕੁਛ ਇੱਦਾਂ ਦੀਆਂ ਗੱਲਾਂ ਵਧਾ ਚੜ੍ਹਾ ਕੇ ਦੱਸ ਰਹੇ ਆ ਨਿਊਜ਼ ਵਾਲੇ, ਉਹ ਹੋਰ ਵਧਾਵਾ ਦੇ ਰਹੇ ਚੀਜ਼ ਨੂੰ। ਮੈਂ ਤਾਂ ਇਹੀ ਕਹੂੰਗਾ ਵੀ ਜੇ ਕਿਸੇ ਤੋਂ ਕੋਈ ਗਲਤੀ ਹੋ ਗਈ ਹੈ, ਚਲੋ ਹੋਏ ਜਾਂਦੀ ਆ, ਹੁਣ ਸਾਡੇ ਪਿੰਡਾਂ 'ਚ ਵੀ ਕੇਸ ਨਿਕਲ ਰਹੇ ਆ ਆਲੇ ਦੁਆਲੇ 'ਚ, ਉਹਨਾਂ ਦੀ ਗਲਤੀ ਹੋਈ ਹੋਈ, ਆਪਾਂ ਨੇ ਉਹ ਅੱਗ ਨੂੰ ਬੁਝਾਉਣਾ ਕਿ ਹੋਰ ਨਹੀਂ ਲੱਗੇ, ਵੀ ਹੋਰ ਗਾਹਾਂ ਨਾ ਵਧੇ। ਜੇ ਆਪਾਂ ਥੋੜ੍ਹੇ ਹੋਰ ਮੈਂ ਪਿੱਛੇ ਆ ਜਾਂਦਾ, ਐਂ ਤਾਂ ਆਪਣੇ ਹੋਲੇ ਮਹੱਲੇ ਦਾ ਵੀ ਇਕੱਠ ਹੋਇਆ ਤਾ, ਉਸ ਟਾਈਮ ਵੀ ਰੌਲਾ ਪੈਂਦਾ ਸੀ, ਕਰੋਨਾ ਵਾਇਰਸ ਦਾ ਪੂਰਾ ਜ਼ੋਰ ਪਿਆ ਹੋਇਆ ਤਾ। ਉਸ ਤੋਂ ਥੋੜ੍ਹਾ ਹੋਰ ਪਿੱਛੇ ਆ ਜਾਂਦਾ, ਮੈਂ ਕਰਤਾਰਪੁਰ ਸਾਹਿਬ ਜਾ ਕੇ ਆਇਆ ਪਾਕਿਸਤਾਨ, ਉਸ ਟਾਈਮ ਪੂਰਾ ਰੌਲਾ ਪਿਆ ਹੋਇਆ ਸੀ, ਤੁਸੀਂ ਵੀਡੀਓ 'ਚ ਦੇਖੋ ਸਾਡਾ ਵੀ ਟੈਂਪਰੇਚਰ ਬੋਡੀ 'ਤੇ ਚੈੱਕ ਕਰਦੇ ਸੀ। ਜੇ ਉਹ ਐਂ ਨੇੜੇ 'ਚ ਜਦੋਂ ਲੋਕਡਾਊਨ ਹੋਇਆ ਉਸ ਟਾਈਮ ਥੋੜ੍ਹਾ ਜਿਹਾ ਇਹ ਰੌਲਾ ਜ਼ਿਆਦਾ ਪੈ ਗਿਆ, ਅਤੇ ਹੁਣ ਉਹ ਚੀਜ਼ ਨੂੰ ਇੰਨਾ ਵਧਾ ਚੜ੍ਹਾ ਕੇ ਦਿਖਾ ਰਿਹਾ ਜਾ ਰਿਹਾ ਨਾ, ਇੰਨੀ ਕੁ ਲੋਕਾਂ ਦੇ ਵਿੱਚ ਨੈਗੇਟਿਵਿਟੀ ਪਾਈ ਜਾ ਰਹੀ ਉਸ ਚੀਜ਼ ਦੀ, ਜਿਹੜੀ ਇੰਨੀ ਐਨਰਜੀ ਮੈਂ ਦੇਖਦਾ, ਕੋਈ ਨੇਤਾ ਲੋਕ ਵੀ ਬੈਠੇ ਆ, ਇੰਨੀ ਐਨਰਜੀ ਉਹਨਾਂ ਨੇ, ਇੰਨੀ ਭੜਕ ਭੜਕ ਕੇ ਭਾਸ਼ਣ ਦੇ ਰਹੇ ਆ ਨਾ, ਇੰਨੀ ਨੈਗੇਟਿਵਿਟੀ ਵਾਲਾ ਭਾਸ਼ਣ, ਉਹਨੂੰ ਤੁਸੀਂ ਜਿਹੜਾ ਇੰਨਾ ਦਿਮਾਗ ਇਹਦੇ ਪਰ ਨੂੰ ਲਾ ਰਹੇ ਆ, ਉਹ ਦਿਮਾਗ ਨੂੰ ਸਿੱਧੇ ਪਾਸੇ ਨੂੰ ਲਾ ਲਓ ਵੀ ਇਸ ਚੀਜ਼ ਪਰ ਆਪਾਂ ਨੇ ਅੱਗ ਨੂੰ ਬੁਝਾਉਣਾ ਕਿੱਦਾਂ, ਵੀ ਆਪਾਂ ਨੈਗੇਟਿਵਿਟੀ ਨਾ ਫੈਲਾਈ। ਜੇ ਕਿਸੇ ਬੰਦੇ 'ਤੇ ਕੋਈ ਗਲਤੀ ਹੋ ਗਈ ਮਾਫ਼ ਕਰ ਦਿਉ, ਕੋਈ ਨਹੀਂ ਵੀ ਅੱਗ ਨੂੰ ਬੰਦੇ ਸਮਝ ਆਉਣਾ। ਹੁਣ ਤੁਸੀਂ ਕਈ ਕੁਝ ਬੰਦੇ ਨਿਊਜ਼ ਨਹੀਂ ਦੇਖਦੇ ਹੈਗੇ, ਸਿਰਫ਼ ਰੱਬ ਦੀ ਸਿਮਰਨ ਕਰਦੇ ਆ, ਸ਼ਾਇਦ ਇਹ ਗਲਤੀ ਹੋ ਗਈ ਹੋਵੇ, ਨਹੀਂ ਪਤਾ ਹੁਣ ਉਹਨਾਂ ਨੂੰ। ਇੱਦਾਂ ਮੈਂ ਹੈਰਾਨ ਰਹਿ ਜਾਂਦਾ ਚੀਜ਼ਾਂ ਦੇਖ ਕੇ। ਜਾਂ ਇੱਕ ਹੋਰ ਤੁਸੀਂ ਹੁਣ ਇੱਕ ਹੋਰ ਆਈ ਹੋਈ ਖਬਰ ਆਪਣੇ ਇੱਧਰ ਚੱਲਦੀ ਹੈ, ਉਹ ਜਿਹੜੇ ਆਪਣਾ ਰਾਸ਼ਨ ਵੰਡਿਆ ਜਦੋਂ ਇੱਕ ਫੋਟੋ ਲੱਗੀ ਹੋਈ ਹੈ, ਦੂਜੀ ਤੈਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਉਹ ਇੱਦਾਂ ਭਾਸ਼ਣ ਦੇ ਰਹੇ ਆ ਵੀ ਆਪਣੀ ਪ੍ਰਚਾਰ ਕਰ ਰਹੇ ਆ, ਇਹ ਆਪਣੀ ਵੋਟਾਂ ਵਾਸਤੇ ਪ੍ਰਚਾਰ ਕਰ ਰਹੇ ਆ। ਯਾਰ ਮੈਂ ਕਹਿੰਦਾ ਲੋਕ ਪਾਗਲ ਹੈ, ਹੁਣ ਲੋਕਾਂ ਨੂੰ ਪਤਾ ਹੀ ਆ ਵੀ ਕਿਹੜੇ ਬੰਦੇ ਨੂੰ ਵੋਟ ਪਾਉਣੀ। ਅੱਜ ਕੱਲ੍ਹ ਪੜ੍ਹੀ ਲਿਖੀ ਨਿਊ ਜਨਰੇਸ਼ਨ ਹੈਗੀ ਹੈ, ਪੜ੍ਹੇ ਲਿਖੇ ਲੋਕ ਆਪਣੇ ਹੈਗੇ, ਉਹਨਾਂ ਨੂੰ ਪਤਾ ਹੀ ਵੋਟ ਕਿਹਨੂੰ ਪਾਉਣੀ ਹੈ। ਉਹੀ ਮੈਂ ਫਿਰ ਕਹਿੰਦਾ ਜਿਹੜੀ ਇੰਨੀ ਐਨਰਜੀ ਤੁਸੀਂ ਹੈ ਚੀਜ਼ ਪਰ ਪਿੱਛੇ ਲਾਈ ਆ, ਬੋਲਣ ਪਿੱਛੇ ਫੋਟੋ ਲਾਤੀ, ਐਂ ਕਰਦਾ ਬਹੁਤ ਕਰਦਾ, ਜੇ ਇਹੀ ਚੀਜ਼ ਨੂੰ ਕਿਤੇ ਸਿੱਧੇ ਪਾਸੇ ਨੂੰ ਲਾ ਲਓ, ਸਿੱਧੇ ਪਾਸੇ ਨੂੰ ਐਨਰਜੀ ਲਾ ਲਓ ਵੀ ਜੇ ਚੀਜ਼ ਵਧੀਆ, ਇਹਨੂੰ ਕੰਟਰੋਲ ਕਿੱਦਾਂ ਕਰਨਾ। ਸਮਾਂ ਉਹ ਚੀਜ਼ ਦਾ ਧੰਨਵਾਦ ਤਾਂ ਕਿਹਾ ਕਰਨਾ, ਉਹਨੂੰ ਦੂਜੇ ਪਾਸੇ ਨੂੰ ਦਿਖਾ ਰਹੇ ਕਰਕੇ, ਉਹਦੇ ਵਿੱਚ ਸਮਾਨ ਕਿਆ ਪਾਇਆ ਹੋਇਆ, ਉਹ ਕਿਆ ਪਾਇਆ, ਆਹ ਆਹ ਚੀਜ਼ ਕਿਹੜੇ ਕੰਮ ਦੀ ਆ। ਹੈਰਾਨ ਆ ਮੈਂ ਤਾਂ ਚੀਜ਼ ਸੁਣ ਸੁਣ ਕੇ ਕਈ ਵਾਰ। ਕੋਈ ਮੀਡੀਆ ਵਾਲਾ ਜਾਂ ਹੋਰ ਕੋਈ ਬੰਦਾ ਚੀਜ਼ ਦੇਖਦਾ ਨਾ, ਇਹ ਅੱਗ ਨੂੰ ਬਚਾਓ, ਹੋਰ ਨਾ ਲਾਓ। ਹੁਣ ਸਮਾਂ ਇੱਦਾਂ ਦਾ ਆਇਆ, ਆਪਾਂ ਨੇ ਅੱਗ ਨੂੰ, ਇਹ ਚੀਜ਼ ਕਰੋਨਾ ਵਾਇਰਸ ਨੂੰ ਕਾਬੂ ਕਿੱਦਾਂ ਕਰਨਾ। ਚਲੋ ਯਾਰ, ਕਈ ਵਾਰ ਮੈਨੂੰ ਵੀ ਦਿਲ 'ਚ ਕੋਈ ਗੱਲ ਆ ਜਾਂਦੀ, ਤੁਹਾਡੇ ਨਾਲ ਸਾਂਝੀ ਕਰ ਲਵਾਂ। ਕੋਈ ਮੇਰੇ 'ਤੇ ਵੱਧ ਘੱਟ ਸ਼ਬਦ ਬੋਲਿਆ ਤਾਂ ਮੈਨੂੰ ਮਾਫ਼ ਕਰ ਦਿਓ, ਮੈਂ ਵੀ ਕੋਈ ਐਡਾ ਬਦਬਾਰ ਨਹੀਂ, ਬਸ ਸਿਰਫ ਗੱਲ ਦਿਲ ਜੇ ਵਿੱਚ ਆ ਜਾਂਦੀ ਆ ਆਹ ਗੱਲਾਂ ਸੁਣ ਸੁਣ ਕੇ। ਮੈਂ ਸਿਰਫ ਇੱਕ ਘੰਟੇ ਨਿਊਜ਼ ਦੇਖਦਾ, ਵੱਧ ਨਹੀਂ ਦੇਖਦਾ ਹੁੰਦਾ, ਉਹਦੇ ਵਿੱਚ ਇੰਨੀ ਕੁ ਨੈਗੇਟਿਵਿਟੀ ਦੀਆਂ ਚੀਜ਼ਾਂ ਦਿਖਾਉਂਦੇ, ਕੋਈ ਪੋਜ਼ਿਟਿਵਿਟੀ ਵਾਲੀ ਕੋਈ ਚੀਜ਼ ਦਿਖਾਉਂਦੇ ਹੀ ਨਹੀਂ ਹੈ। ਅਸੀਂ ਦਿਨ 'ਚ ਖੇਡਦੇ ਕ੍ਰਿਕਟ ਅਤੇ ਰਾਤ ਨੂੰ ਖੇਡਦੇ ਹਾਂ ਫੁੱਟਬਾਲ। ਚੱਲ ਬਾਈ, ਵਾਲੀਬਾਲ ਖੇਡਣੀ ਹੈ, ਚੱਲ ਵਾਲੀਬਾਲ ਪਹਿਲਾਂ ਵਾਲੀ। ਕਾਲਿਆ ਮੇਰਾ ਪਾ ਦੇ ਦੁੱਧ, ਕਾਲੇ ਦਾ ਨੁਕਸਾਨ ਹੋ ਗਿਆ, ਉਹ ਪੈ ਫੁੱਟ ਗਏ ਉੱਧਰ, ਚੱਲਦੇ ਹੀ ਰਹਿੰਦੇ, ਵੱਧੇ ਘੱਟੇ ਚੱਲਦੇ ਰਹਿੰਦੇ ਆ।
ਦਾਗ ਪੈ ਗਿਆ, ਮੈਂ ਸਾਫ ਕਰਦਾ ਲੈਂਜਾਂ ਦੇ ਨਵੇਂ ਦਾ ਵੀ ਨਾ ਨਾ ਲੈਂਜ ਪਰ ਮਿੱਟੀ ਲੱਗ ਹੁਣ ਠੀਕ ਹੈ। ਦਰਸ਼ਕ ਪੁੱਛਣਾ ਚਾਹੁੰਦੇ ਤੇਰਾ ਦੁੱਧ ਵਿਕੀ ਜਾਂਦਾ? ਹਾਂ ਹਾਂ ਦੁੱਧ ਵਿਕਦਾ ਸਾਰਿਆਂ ਨੂੰ। ਚੱਲੀ ਮੇਰਾ ਕਿਤੇ ਰੱਖੀ ਯਾਰ, ਮੈਂ ਵੀ ਨਿਕਲਣਾ ਘਰ ਨੂੰ ਯਾਰ। ਹੋਰ ਸੁਣਾ ਠੀਕ ਠਾਕ ਜ਼ਿੰਦਗੀ? ਚੰਗਾ ਹੈਗੀ ਜਾਂਦਾ ਟਾਈਮ ਅੱਗੇ ਵੀ ਕਾਰੋਬਾਰ ਛਿੜਿਆ ਕਾਰੋਬਾਰ ਚੱਲ ਤੇਰੇ ਦਾ ਕੰਮ ਚੱਲੀ ਜਾਂਦਾ, ਬਾਕੀ ਦੁਨੀਆਂ ਦਾ ਕੰਮ ਖੜ ਗਏ।